ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਕਾਫੀ ਦਿਨਾਂ ਦੇ ਮਗਰੋਂ ਵੀਡੀਓ ਬਣਾਉਣ ਲੱਗੀ ਹਾਂ ਬਹੁਤ ਜ਼ਿਆਦਾ ਠੰਡ ਸੀ ਕਿਤੇ ਮੇਰਾ ਟਾਈਮ ਵੀ ਨਹੀਂ ਲੱਗਿਆ ਹੈਗਾ ਤੇ ਕੋਈ ਏਦਾਂ ਇੱਕ ਸੂਟ ਵੀ ਮੇਰੇ ਕੋਲ ਜ਼ਿਆਦਾ ਨਹੀਂ ਸੀ ਆਏ ਹੋਏ ਹੈਗੇ ਸਟੀਚਿੰਗ ਕਰਨ ਵਾਸਤੇ ਤੇ ਮੈਂ ਅੱਜ ਨਾ ਫੇਅਰਵੈਲ ਦੇ ਵਾਸਤੇ ਸੂਟ ਤਿਆਰ ਕਰਨੇ ਤੇ ਨਾਲੇ ਮੈਂ ਕਿੰਨੀ ਸ਼ਾਪਿੰਗ ਕਰੀ ਹੈ ਬੇਟੀਆਂ ਦੇ ਵਾਸਤੇ ਫੇਅਰਵੈਲ ਤੇ ਤੇ ਕਿੰਨੇ ਕੀ ਕਿਦਾਂ ਕਿਦਾਂ ਮੈਂ ਸੂਟ ਲਿਆਂਦੇ ਨੇ ਮੈਂ ਜਿਹੜੀ ਸ਼ਾਪਿੰਗ ਕਰਨ ਗਈ ਸੀ ਨਾ ਕੱਲ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਸਾਰੀ ਤੇ ਕੀ ਕੀ ਦੋਨੋਂ ਬੇਟੀਆਂ ਦੇ ਲਈ ਆਪਾਂ ਨੇ ਕੀ ਕੀ ਤਿਆਰ ਕਰਾਉਣਾ ਵਾ ਮੈਂ ਤੁਹਾਨੂੰ ਉਹ ਦੱਸਦੀ ਆ ਤੇ ਆਹ ਕਮੀਜ਼ ਆ ਇਹਦੇ ਨਾਲ ਨਾ ਸਲਵਾਰ ਸੀਗੀ ਤੇ ਇਹਦੇ ਨਾਲ ਇਦਾਂ ਦੀ ਹੋਈ ਜੈਲੋਈ ਸਲਵਾਰ ਆ ਤੇ ਇਹਦੇ ਨਾਲ ਫਿਰ ਉਹ ਕਹਿੰਦੀ ਵੀ ਇਸ ਕਮੀਜ਼ ਦੇ ਨਾਲ ਇਹ ਥੋੜਾ ਜਿਹਾ ਨਾ ਗੋਡਿਆਂ ਤੱਕ ਗੋਡਿਆਂ ਤੋਂ ਥੋੜਾ ਜਿਹਾ ਉੱਚਾ ਹੀ ਆ ਇਹ ਤੇ ਉਹ ਸਲਵਾਰ ਦੇ ਨਾਲ ਉੱਚਾ ਰੱਖਿਆ ਹੋਇਆ ਸੀਗਾ ਇਹ ਤੇ ਇਹਦੇ ਨਾਲ ਨਾ ਪਿੱਤਲ ਦੇ ਆਹ ਵਾਲੇ ਲਾਏ ਹੋਏ ਨੇ ਇਹਦੇ ਬਟਨ ਜਿਹੇ ਤੇ ਇਹ ਕਾਫੀ ਮਹਿੰਗਾ ਬਣਿਆ ਸੀ ਕਦੀ ਕੜਾਈ ਕਰਵਾਈ ਸੀਗੀ ਤੇ ਇਹਦੇ ਨਾਲ ਫਿਰ ਆਪਾਂ ਨੇ ਆਹ ਲਿਆਂਦਾ ਇਸੇ ਕੱਪੜੇ ਉਪਾੜਾ ਸਿਲਕ ਦੇ ਵਿੱਚ ਆਪਾਂ ਨੇ ਇਹ ਕੱਪੜਾ ਲਿਆਂਦਾ ਇਹ 100 ਰੁਪਏ ਮੀਟਰ ਆ ਇਹ ਵੀ ਉਪਾੜਾ ਸਿਲਕ ਬਿਲਕੁਲ ਸੇਮ ਇਹਦੇ ਨਾਲ ਦਾ ਮਿਲ ਗਿਆ ਮੈਂ ਕੱਲ ਤੇਲੀਆਂ ਦੇ ਬਾਜ਼ਾਰ ਚ ਗਈ ਸੀ ਮਲੇਰਕੋਟਲੇ ਤੇ ਉੱਥੋਂ ਨਾ ਫਿਰ ਇਹ ਜਮਾਈ ਸੇਮ ਇਸੇ ਕੱਪੜੇ ਦੇ ਨਾਲ ਦਾ ਤੇ ਇਹ ਕੱਪੜਾ ਮਜੈਂਟਾ ਕਲਰ ਮਿਲ ਗਿਆ ਇਹਦੀ ਬਿਲਕੁਲ ਕੜਾਈ ਦੇ ਨਾਲ ਦਾ ਤੇ ਪਾਈਪਿੰਗ ਨਾਲ ਇਹਦੇ ਨਾਲ ਪਿੰਕ ਹੋਰ ਤੇ ਮੈਚ ਹੋ ਗਿਆ ਤੇ ਇਹ 100 ਰੁਪਏ ਮੀਟਰ ਆ 3 ਮੀਟਰ ਦੇ ਵਿੱਚ ਆਪਾਂ ਨੇ ਨਾ ਇਹਦੇ ਨਾਲ ਅੰਬਰੀਲਾ ਘਗਰਾ ਬਣਾਉਣਾ ਤੇ ਮੈਂ ਉਹਦੀ ਵੀ ਵੀਡੀਓ ਬਣਾਉਂਗੀ ਤੇ ਮੈਂ ਹੁਣ ਮੈਂ ਕਹਿੰਦੀ ਕਾਫੀ ਦਿਨ ਹੋ ਗਏ ਵੀਡੀਓ ਬਣਾਈ ਨੂੰ ਤੇ ਨਾਲ ਮੈਂ ਸ਼ਾਪਿੰਗ ਕਰੀਏ ਜਿਹੜੀ ਉਹ ਦਿਖਾ ਦੇਣੀ ਆ ਤੇ ਨਾਲੇ ਮੈਂ ਵੀਡੀਓ ਪਾ ਦੇਣੀ ਆ ਤੇ ਇਹ 100 ਰੁਪਏ ਮੀਟਰ ਆ 3 ਮੀਟਰ ਆ ਉਪਾੜਾ ਸਿਲਕ ਤੇ ਮੈਂ ਇਹਨੂੰ ਨਾ ਰਾਤ ਆ ਕੇ ਕਲ ਮਲੇ ਕੋਲੇ ਤੋਂ ਆ ਕੇ ਮੈਂ ਇਹਨੂੰ 3-4 ਘੰਟੇ ਪਾਣੀ ਦੇ ਵਿੱਚ ਪਿਆਉਂ ਕੀ ਰੱਖਤਾ ਸੀ ਤੇ ਫਿਰ ਰਾਤ ਨੂੰ ਮੈਂ ਇਹਨੂੰ ਸੁਕਾ ਕੇ ਮਸ਼ੀਨ 'ਚ ਸੁਕਾ ਲਿਆ ਸੀਗਾ ਸੁਕਾ ਕੇ ਮੈਨੂੰ ਹੁਣ ਪ੍ਰੈਸ ਕਰ ਲਈਆ ਠੀਕ ਹੈ ਤੇ ਹੁਪਾ ਹੁਣ ਇਹਦਾ ਅੰਬਰੀਲਾ ਕੱਟ ਇੱਕ ਗ੍ਰਾਬਣਾਵਾਂਗੇ ਇਹਦੇ ਨਾਲ ਤੇ ਉਹ ਜਦ ਮੈਂ ਹੁਣ ਕਟਿੰਗ ਕਰੂੰਗੀ ਮੈਂ ਤੁਹਾਨੂੰ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਤੇ ਪਲੀਜ਼ ਦੇਖ ਲਿਆ ਕਰੋ ਤੇ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਵਿਊ ਤਾਂ ਵੈਸੇ ਬਹੁਤ ਘੱਟ ਹੁੰਦੇ ਨੇ ਪਰ ਚਲੋ ਘੱਟ ਹੁਣ ਕੁਝ ਵੀ ਹੁਣ ਪਰ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਜਿਹੜੀਆਂ ਮੈਨੂੰ ਯਾਦ ਵੀ ਕਰਦੀਆਂ ਨੇ ਮੈਂ ਉਹਨਾਂ ਦੀ ਖਾਤਰ ਵੀਡੀਓ ਮੈਂ ਜ਼ਰੂਰ ਬਣਾਉਂਦੀ ਰਹੂੰਗੀ ਚਾਹੇ ਵਿਊ ਹੋਣ ਚਾਹੇ ਨਾ ਤੇ ਇਹ ਮੇਰੀ ਛੋਟੀ ਬੇਟੀ ਦਾ ਇਹਦੇ ਨਾਲ ਆਪਾਂ ਬਣਾਵਾਂਗੇ ਕਮੀਜ਼ ਤਿਆਰੀ ਆ ਤੇ ਇਹਦੇ ਨਾਲ ਆਪਾਂ ਬਣਾਵਾਂਗੇ ਘਗਰਾ ਅੰਬਰੀਲਾ ਕੱਟ ਬਣਾਵਾਂਗੇ ਤੇ ਹੁਣ ਮੈਂ ਜਿਹੜਾ ਛੋਟੀ ਬੇਟੀ ਦੇ ਵਾਸਤੇ ਲਿਆਂਦਾ ਹੁਣ ਤੁਹਾਨੂੰ ਮੈਂ ਉਹ ਦਿਖਾਉਣੀ ਆ ਉਹ ਛੋਟੀ ਬੇਟੀ ਦਾ ਸੀ yellow ਵਾਲਾ ਤੇ ਇਹ yellow magenta ਆਹ ਵਾਲਾ ਹੈਗਾ ਵੱਡੀ ਬੇਟੀ ਦਾ ਤੇ ਇਹ ਦਾ ਆਪਾਂ ਨੇ ਕਮੀਜ਼ ਵੀ ਥੋੜਾ ਜਿਹਾ ਗੋਡਿਆਂ ਤੋਂ ਉੱਪਰ ਉੱਚਾ ਰੱਖਾਂਗੇ ਥੋੜਾ ਜਿਹਾ ਇਹ ਦਾ ਆਪਾਂ ਕਮੀਜ਼ sewਾਂਗੇ ਆਹ ਕਮੀਜ਼ ਆ ਇਹ ਇਹ ਇਧਰ ਨੂੰ ਉੱਪਰ ਨੂੰ ਸਾਈਡ ਨੂੰ ਫੁੱਲ ਜਾਂਦੇ ਨੇ ਸਾਰੇ ਇਹ ਆਡੇ ਲੋਟ ਨੂੰ ਆ ਇਹਦੀ ਕਢਾਈ ਆਡੇ ਲੋਟ ਤੇ ਬਣੀ ਹੋਈ ਆ ਕੱਪੜਾ ਹੈਗਾ ਐਸ ਲੋਟ ਨੂੰ ਲੰਬਾਈ ਚ ਤੇ ਇਹਦੀ ਕਢਾਈ ਹੈਗੀ ਦੇਖੋ ਫੁੱਲ ਦੇ ਬੰਦੇ ਮੂੰਹ ਹੈਗੇ ਨੇ ਇਧਰ ਉੱਪਰ ਨੂੰ ਤੇ ਫਿਰ ਆਪਾਂ ਦੇਖਾਂਗੇ ਆਪਾਂ ਕਿਦਾਂ ਬਣਾਉਣਾ ਆਡੇ ਰੋਡ ਬਣਾਉਣਾ ਪਊਗਾ ਤੇ ਇਹਦੀ ਆਪਾਂ ਕਮੀਜ਼ ਬਣਾਵਾਂਗੇ ਤੇ ਮੈਂ ਲੈਸਾਂ ਵੀ ਦਿਖਾਉਂਗੀ ਜਿਹੜੀਆਂ ਲੈਸਾਂ ਲੈ ਕੇ ਆਂਦੀਆਂ ਨੇ ਤੇ ਆ ਇਹਦਾ ਆਪਾਂ ਨਾਲ ਇਹ ਹੈਗਾ ਵਾ ਇਹ ਪਿਓਰ ਕਰੇਵਨ ਦਾ ਨਾਲ ਆਪਾਂ ਬਣਾਵਾਂਗੇ ਅੰਬਰੀਲਾ ਕੱਟ ਕਗਰਾਏ ਦੇ ਨਾਲ ਠੀਕ ਆ ਇਹ ਵਾਲਾ ਹੁਣ ਸੂਟ ਕਿੰਨੇ ਦਾ ਬਣਿਆ ਤੁਹਾਨੂੰ ਇਹ ਵੀ ਦੱਸਦੀ ਆ ਮੈਂ ਇਹ ਕਨਾ ਸਾਰਾ ਹੀ ਸੂਟ 1500 ਦਾ ਕਹਿੰਦਾ ਸੀਗਾ ਤੇਲੀਆਂ ਦੇ ਬਾਜ਼ਾਰ ਚ ਮਲੇਰ ਕੋੜਲੇ ਤੋਂ ਤੇ 1500 ਦਾ ਸੂਟਸ ਕਹਿ ਰਿਆ ਜੀ ਸਾਰਾ ਤੇ ਮੈਂ ਉਹਦੇ ਤੋਂ ਆ ਕੱਲੀ ਕਮੀਜ਼ ਕਮੀਜ਼ ਦਾ ਕੱਪੜਾ ਇਹ ਲੈ ਲਿਆ ਮੈਂ 500 ਰੁਪਏ ਦਾ ਕੱਲੀ ਕਮੀਜ਼ 500 ਰੁਪਏ ਦੀ ਲੈ ਲਈ ਤੇ ਆ ਹੁਣ ਆਪਾਂ ਨੂੰ ਪਤਾ ਹੀ ਆ ਵੀ ਜਿਹੜੀ ਆਹ ਵਾਲੀ ਕਰੇਵ ਆ ਕਰੇਵ ਆਹੀ ਪਿਓਰ ਤੇ ਇਹੇ ਆਪਾਂ ਨੂੰ ਪਤਾ ਹੀ ਆ ਵੀ ਇਹੇ 100 ਰੁਪਏ ਮੀਟਰ ਮਿਲੀ ਜਾਂਦੀ ਆ ਤੇ ਇਹ 300 ਦਾ ਇਹ 3 ਮੀਟਰ 100 ਰੁਪਏ ਮੀਟਰ 3 3 ਮੀਟਰ ਪਾਨੇ ਇਹ ਲੈ ਲਿਆ ਨਾਲ ਇੱਕ ਗਰਮਣਾ ਮੰਗੇਦਾ ਵੀ ਅੰਬਰੀਲਾ ਕੱਟ ਤੇ ਇਹਦੀ ਸ਼ਾਈਨਿੰਗ ਵੀ ਬਹੁਤ ਜ਼ਿਆਦਾ ਵਧੀਆ ਪੈਂਦੀ ਹੈ ਇੱਕ ਇੱਕ ਨਾ ਜਿਹੜੀ ਕ੍ਰੇਪ ਦੰਦੇ ਨੇ ਹਲਕੀ ਹੁੰਦੀ ਹੈ ਇੱਕ ਥੋੜੀ ਵਧੀਆ ਚ ਹੁੰਦੀ ਹੈ ਇਹ ਵਾਲੀ ਹੈਗੀ ਆ ਥੋੜੀ ਵਧੀਆ ਪੂਰੀ ਚਮਕ ਜੇ ਵਾਲੀ ਆ ਇਹ ਆਪਾਂ ਨੂੰ 100 ਰੁਪਏ ਮੀਟਰ ਚ ਬੈਠ ਗਈ ਮੰਨ ਲਓ ਵੀ ਆਪਣਾ ਸਾਰਾ ਇਹ ਸੂਟ 800 ਰੁਪਏ ਚ ਬਣ ਗਿਆ ਤੇ ਤੇਲੀਆ ਵਿਚਾਰ ਚ ਫੇਰ ਵੀ ਆਪਾਂ ਜੋ ਖੇਚ ਤੂਜੀ ਕਰਕੇ ਲੈ ਲਈਏ ਨਾ ਮਿਲ ਜਾਂਦਾ ਵਾ ਦੁਕਾਨਾਂ ਦੇ ਨਾਲੋਂ ਆਪਾਂ ਨੂੰ ਥੋੜਾ ਜਿਹਾ ਸਸਤਾ ਹੀ ਮਿਲ ਜਾਂਦਾ ਤੇ ਆਹ ਵਾਲਾ ਹੁਣ ਕਮੀਜ਼ ਆ ਆਪਾਂ ਇਹਦੇ ਤੇ ਲੈਸਾਂ ਲਾ ਕੇ ਬਣਾਵਾਂਗੇ ਤੁਹਾਨੂੰ ਮੈਂ ਲੈਸਾਂ ਵੀ ਦਿਖਾ ਦਿੰਨੀ ਆ ਆਹ ਵਾਲੀ ਲੈਸ ਆ ਇਹ ਆਪਾਂ ਜਿਹੜਾ ਇੱਕ ਗਰਾ ਬਣਾਉਣਾ ਉਹਦੇ ਨੀਚੇ ਲਾਵਾਂਗੇ ਆ ਸਾਰੇ ਘੇਰੇ ਦੇ ਉੱਤੇ ਆਹ ਵਾਲੀ ਤੇ ਇਹਦੇ ਕਮੀਜ਼ ਦੇ ਉੱਤੇ ਲਾਵਾਂਗੇ ਇਹ ਬਾਹਾਂ ਦੇ ਉੱਤੇ ਤੇ ਵੈਸੇ ਮੇਰੀ ਬੇਟੀ ਕਹਿੰਦੀ ਵੀ ਮੈਂ ਇਹਦੇ ਚ ਹੋਰ ਕਿਤੇ ਪੱਲੇ ਪੁੱਲੇ ਤੇ ਲਾਉਣੀ ਨਹੀਂ ਹੈਗੀ ਤੇ ਜੇ ਬਚ ਗਈ ਫਿਰ ਮੈਂ ਦੇਖੂਗੀ ਕਿੱਥੇ ਕਿੱਥੇ ਲੱਗੂਗੀ ਤੇ ਨਹੀਂ ਤਾਂ ਫਿਰ ਇਕੱਲੀ ਬਾਹਾਂ ਤੇ ਲਾਉਣੀ ਆ ਇਹਦੇ ਆਪਾਂ ਕਮੀਜ਼ ਦੇ ਬਾਹਾਂ ਤੇ ਲਾਵਾਂਗੇ ਤੇ ਇਹਦੇ ਘਗਰੇ ਦੇ ਆਪਾਂ ਸਾਰੇ ਘੇਰੇ ਦੇ ਨੀਚੇ ਲਾਵਾਂਗੇ ਇਦਾਂ ਦੀ ਬਣਾ ਕੇ ਠੀਕ ਹੈ ਤੇ ਆਹ ਵਾਲਾ ਆਹ ਵਾਲੀ ਲੈਸ ਜਿਹੜੀ ਇਹ ਉਲਜੀ ਜੀ ਲੈਸ ਕਹਿੰਦੇ ਨੇ ਇਹਨੂੰ ਨਾ ਕਿਰਨ ਲੈਸ ਤੇ ਇਹਦੇ ਨਾਲ ਦਾ ਪਲੇਨ ਸੇਮ ਆਹੀ ਕਲਰ ਦਾ ਦੁਪੱਟਾ ਰੰਗਣਾ ਦਿੱਤਾ ਹੋਇਆ ਵਾ ਤੇ ਉਹ ਫਿਰ ਆਪਾਂ ਉਹਦੇ ਤੇ ਆਹ ਵਾਲੀ ਲੈਸ ਲਾਵਾਂਗੇ ਤੇ ਮੈਂ ਜਦੋਂ ਦੁਪੱਟੇ ਤੇ ਲੈਸ ਲਾਉਣ ਵਾਲੀ ਵੀ ਮੈਂ ਤੁਹਾਨੂੰ ਤਰੀਕਾ ਦੱਸੂਗੀ ਜਿਹੜੇ ਬਲ ਪੈ ਜਾਂਦੇ ਨੇ ਵੀ ਉਹ ਕਿਉਂ ਪੈਂਦੇ ਨੇ ਤੇ ਜਿਹੜੀ ਮੈਂ ਹੁਣ ਲਾ ਕੇ ਦਿਖਾऊं ਬਿਲਕੁਲ ਵੀ ਬਲ ਨਹੀਂ ਪੈਣੇ ਹੈਗੇ ਆਪਾਂ ਇਸ ਹਿਸਾਬ ਨਾਲ ਇਹਦੀ ਦੁਪੱਟੇ ਦੇ ਉੱਤੇ ਲੈਸ ਲਾਵਾਂਗੇ ਤੇ ਇਹ ਆਪਣਾ ਹੁਣ ਸੂਟ ਪੂਰਾ 800 ਵਿੱਚ ਬਣ ਗਿਆ ਤੇ ਇਹ ਕਿੱਦਾਂ ਲੱਗਿਆ ਫਿਰ ਮੈਨੂੰ ਇਹ ਵੀ ਦੱਸਿਓ ਤੇ ਜਿਹੜੀ ਫਿਰ ਮੈਂ ਆਪਦੇ ਵੀ ਮੋٹے ਅਲਪਾਈਨ ਦੇ ਸੂਟ ਲੈ ਕੇ ਆਈਆਂ ਪਸ਼ਮੀਨੇ ਦਾ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਆ ਦੇਖੋ ਇਹ ਅਲਪਾਈਨ ਦੇ ਸੂਟ ਆ ਪੂਰੀ ਵਧੀਆ ਅਲਪਾਈਨ ਅਲਪਾਈਨ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਇੱਕ ਤਾਂ ਉਹਦਾ ਰੰਗ ਫੇਟ ਜਾਂ ਹੋ ਕੇ ਨਾ ਬੇਕਾਰ ਜੀ ਹੋ ਜਾਂਦੀ ਹੈ ਲੂਂਜੇ ਵੀ ਆ ਜਾਂਦੇ ਨੇ ਇਹ ਕਈ ਨਕਲੀ ਵੀ ਹੁੰਦੀ ਆ ਤੇ ਇਹ ਇੱਕ ਨਾ ਪੂਰੀ ਵਧੀਆ ਅਲਪਾਈਨ ਦਾ ਸੂਟ ਆ ਗਰੰਟੀ ਦਿੱਤੀ ਆਨੇ ਕਹਿੰਦਾ 5 ਸਾਲਾਂ ਮਗਰੋਂ ਵੀ ਇਦਾਂ ਦਾ ਹੀ ਰਹੂਗਾ ਬਿਲਕੁਲ ਤੇ ਕੋਈ ਲੂਨ ਨਹੀਂ ਹੋਣਾ ਹੈਗਾ ਤੇ ਇਹ ਹੁਣ ਜੇ ਆਪਾਂ ਪੂਰੀ ਸਰਦੀ ਦੇ ਵਿੱਚ ਲਈਏ ਫਿਰ ਤਾਂ ਇਹ 500 ਤੋਂ ਘੱਟ ਵੈਸੇ ਤੇ ਆਪਾਂ ਹੁਣ ਲਈਏ ਕਿਸੇ ਹੋਰ ਦੁਕਾਨਾਂ ਤੋਂ ਲਈਏ 600 650 ਤੱਕ ਦਿੰਦੇ ਨੇ ਅਲਪਾਈਨ ਦੇ ਸੂਟ ਤੇ ਇਹ ਤੇਲੀਆਂ ਦੇ ਬਾਜ਼ਾਰ ਦੇ ਵਿੱਚੋਂ ਫਿਰ ਮੈਂ ਇਹ 450 ਦਾ ਇੱਕ ਇਹ ਅਲਪਾਈਨ ਦਾ ਤੇ ਇੱਕ ਆਹ ਵਾਲਾ ਅਲਪਾਈਨ ਦਾ ਸੂਟ ਆਹ ਦੇਖੋ ਇਹ ਐਲਪਾਈਨ ਦਾ 500 ਤੋਂ ਵੈਸੇ ਘਟਦੇ ਨਹੀਂ ਸੀ ਰਿਹਾ ਤੇ ਫਿਰ ਹੁਣ ਜਾਂਦੀ ਸਰਦੀ ਕਰਕੇ ਕਿ ਨਾ ਉਹ ਇਹ 4.5 400 ਦੇ ਉਹਨੇ ਆਪਾਂ ਦੋਨੇ ਐਲਪਾਈਨ ਦੇ ਸੂਟ ਲਾਤੇ ਤੇ ਆਹਾ ਵਾਲਾ 350 ਦਾ ਤੇ ਹੁਣ ਵੈਸੇ ਜਾਂਦੀ ਕਰਕੇ ਜਾਂਦੀ ਸਰਦੀ ਕਰਕੇ ਆਪਾਂ ਨੂੰ ਇਹ 300 ਦਾ ਪਸ਼ਮੀਨੇ ਦਾ ਦੇਤਾ ਇਹ ਪਸ਼ਮੀਨੇ ਦਾ ਵਾ ਇਦਾਂ ਸਾਰਾ ਆਲ ਓਵਰੀ ਆ ਲਾਈਨ ਆਲ ਤੇ ਆਹ ਵਾਲੇ ਐਲਪਾਈਨ ਦੇ ਸੂਟ ਨੇ ਤੇ ਇਹ ਕਿੱਦਾਂ ਲੱਗੇ ਸੂਟ ਮੈਨੂੰ ਇਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਮੈਂ ਹੁਣ ਇਹਨਾਂ ਦੀ ਜਦੋਂ ਕਟਿੰਗ ਤੇ ਸਟੀਚਿੰਗ ਕਰੂੰਗੀ ਨਾ ਤੇ ਮੈਂ ਉਦੋਂ ਵੀ ਤੁਹਾਨੂੰ ਜਿਹੜਾ ਵੀ ਡਾਊਟ ਹੋਊਗਾ ਤਾਂ ਮੈਨੂੰ ਦੱਸਦੇ ਹੋ ਕਰੋ ਤੇ ਮੈਂ ਉਹ ਵੀ ਕਲੀਅਰ ਕਰੂੰਗੀ ਵਿੱਚ ਜਦੋਂ ਮੇਰੇ ਕੋਈ ਸੂਟ ਆਈ ਹੁੰਦੇ ਨੇ ਫਿਰ ਮੈਂ ਉਦੋਂ ਕਟਿੰਗ ਸਟੀਚਿੰਗ ਦੱਸਦੀ ਹੁੰਦੀ ਆ ਤੇ ਕਈ ਵਾਰੀ ਕਿਸੇ ਦਾ ਸੂਟ ਐ ਐਦਾਂ ਆਉਂਦਾ ਨਾ ਵੀ ਜਲਦੀ ਸਿਉਂਕੇ ਦੇਣਾ ਹੁੰਦਾ ਫਿਰ ਉਹਦੇ ਵਿੱਚ ਮੇਤੋਂ ਵੀਡੀਓ ਨਹੀਂ ਬਣਦੀ ਫਿਰ ਮੈਂ ਜਲਦੀ ਜਲਦੀ ਸਿਉਣਾ ਹੁੰਦਾ ਤੇ ਵੀਡੀਓ ਬਣਾਉਣ ਨੂੰ ਕਾਫੀ ਟਾਈਮ ਲੱਗ ਜਾਂਦਾ ਵਾ ਤੇ ਇਸ ਕਰਕੇ ਫਿਰ ਮੇਤੋਂ ਵੀਡੀਓ ਨਹੀਂ ਬਣਦੀ ਹੁੰਦੀ ਤੇ ਹੁਣ ਜਿਹੜੇ ਹੌਲੀ ਹੌਲੀ ਸਿਉਂ ਜਾਂਦੀ ਨਹੀਂ ਨੀਅਤ ਨਾਲ ਵੀਡੀਓ ਬਣੀ ਜਾਂਦੀ ਹੁੰਦੀ ਆ ਤੇ ਵੈਸੇ ਮੇਰਾ ਕੰਮ ਸੂਟ ਸਿਉਣ ਦਾ ਮੈਂ ਵੈਸੇ ਘੱਟੀ ਰੱਖਦੀ ਆ ਵੈਸੇ ਜਿਹੜਾ ਮੇਰਾ ਆਮ ਰੋਜ਼ ਦੀ ਹਰ ਰੋਜ਼ ਜੋ ਕੰਮ ਕਰਨਾ ਹੁੰਦਾ ਮੈਂ ਮੈਂ ਨਾ ਕਸ਼ੇਰੇ ਸਿਉਣੀ ਹੁੰਦੀ ਆ ਤੇ ਇਹ ਲੇਡੀਜ਼ ਦੇ ਜੈਂਟਸ ਬੱਚਿਆਂ ਦੇ ਕਸ਼ੇਰੇ ਸਿਉਣੀ ਹੁੰਦੀ ਆ ਤੇ ਇੱਕ ਕਸ਼ੇਰੇ ਸਿਉਂ ਕੇ ਕਾਫੀ ਸਾਰੇ ਮੈਂ ਰੱਖ ਲੈਂਦੀ ਆ 40 50 ਕਸ਼ੇਰੇ ਸਿਉਂ ਕੇ ਰੱਖ ਲੈਂਦੀ ਆ ਸਾਰਿਆਂ ਦੇ ਤੇ ਫਿਰ ਮੈਂ ਇਹ ਜਿਹੜੇ ਲੇਡੀਜ਼ ਕਸ਼ੇਰੇ ਹੁੰਦੇ ਨੇ 125 ਰੁਪਏ ਨੂੰ ਦੇ ਦਿੰਦੀ ਆ ਤੇ ਜਿਹੜਾ ਜੈਂਟਸ ਹੁੰਦਾ ਉਹ 150 ਰੁਪਏ ਦਾ ਤੇ ਇਹ ਵੈਸੇ ਮੇਰਾ ਕੰਮ ਵੈਸੇ ਇਹੀ ਰੱਖਿਆ ਹੋਇਆ ਕਿਉਂਕਿ ਨਾ ਸਾਡੇ ਘਰਦਿਆਂ ਦਾ ਇਹ ਆ ਵੀ ਸੂਟ ਦਾ ਸੂਟ ਨਹੀਂ ਬੜੀ ਜਿਆਦਾ ਸਿਆਉਣੇ ਹੈਗੇ ਤੇ ਫਿਰ ਮੈਂ ਇਹ ਆਪਦਾ ਕੰਮ ਆਪਦਾ ਆਪਦਾ ਕਰੀ ਜਾਨੀ ਆ ਕਿ ਸ਼ਹਿਰੇਆਂ ਦਾ ਤੇ ਜੇ ਕਿਸੇ ਨੇ ਵੀ ਕਸ਼ਹਿਰੇ ਇਕੱਠੇ ਵੀ ਲੈਣੇ ਹੋਣ ਤਾਂ ਮੈਂ ਘਰੇ ਪਹੁੰਚਦੇ ਵੀ ਕਰ ਦੰਨੀ ਹੁੰਦੀ ਆ ਤੇ ਲੇਡੀਜ਼ ਕਸ਼ਹਿਰੇ 125 ਰੁਪਏ ਦਾ ਇੱਕ 250 ਦੇ ਦੋ ਕਸ਼ਹਿਰੇ ਤੇ 300 ਦੇ ਜੈਂਟਸ ਦੋ ਕਸ਼ਹਿਰੇ ਠੀਕ ਹੈ 150 ਦਾ ਇੱਕ ਤੇ ਜਿਹੜਾ ਲੇਡੀਜ਼ ਆ ਉਹ 125 ਰੁਪਏ ਦਾ ਤੇ ਇਹ ਤੁਹਾਨੂੰ ਕਿੱਦਾਂ ਲੱਗੀ ਕਸ਼ਹਰੀਆਂ ਦਾ ਜਿਹੜਾ ਕੱਪੜਾ ਹੁੰਦਾ ਪੂਰਾ ਵਧੀਆ ਹੁੰਦਾ ਜਿੱਦਾਂ ਦਾ ਆਪ ਘਰੇ ਲੈ ਕੇ ਆਪ ਸਿਉਣੇ ਹੁੰਦੇ ਨੇ ਨਾ ਉਦੋਂ ਦਾ ਇਹ ਹੈਗੇ ਗਰਮੀ ਵਾਲੇ ਕਈ ਬਹੁਤ ਜ਼ਿਆਦਾ ਪਤਲੇ ਪਾ ਕੇ ਰਾਜੀ ਨਹੀਂ ਕਹਿੰਦੇ ਨੇ ਵੀ ਮੋਟਾ ਜਿਹਾ ਕੱਪੜਾ ਨਾ ਉਹ ਵੀ ਪਤਲਾ ਹੋਵੇ ਬਿਲਕੁਲ ਪਤਲਾ ਕੱਪੜਾ ਹੋਵੇ ਤੇ ਇਹ ਪਤਲੇ ਕੱਪੜੇ ਚ ਵੀ ਨੇ ਤੇ ਰੇਟ ਸਾਰਿਆਂ ਦਾ ਹੈ ਲੇਡੀਜ਼ ਆ 125 ਤੇ ਜੈਂਟਸ ਦਾ 150 ਇੱਕ ਕਸ਼ੇਰੇ ਦਾ ਤੇ ਇੱਕ ਕਸ਼ੇਰੇ ਦਾ 125 ਰੁਪਏ ਲੇਡੀਜ਼ ਕਸ਼ੇਰੇ ਦਾ ਤੇ ਕਪੜਾ ਦੇਖੋ ਪੂਰਾ ਵਧੀਆ ਜਿਹੜਾ ਆਪਾਂ ਆਮ ਆਪਾਂ ਘਰੇ ਲੈ ਕੇ ਆਪ ਦਾ ਸਿਉਨੇ ਹੁੰਦੇ ਨੇ ਨਾ ਤੇ ਉਹ ਵਾਲਾ ਵਾ ਇਹ ਪਤਲਾ ਕਪੜਾ ਵਾ ਤੇ ਆ ਜਿਵੇਂ ਕਈਆਂ ਦੀ ਡਿਮਾਂਡ ਹੁੰਦੀ ਆ ਵੀ ਮੋਟਾ ਕਪੜਾ ਹੋਵੇ ਤੇ ਜਿਹੜਾ ਕਾਫੀ ਟਾਈਮ ਚੱਲ ਜਵੇ ਛੇਤੀ ਖਰਾਬ ਨਾ ਹੋਵੇ ਸਾਲ ਸਾਲ ਡੇਢ ਸਾਲ ਕਈ ਵਾਰੀ 2 ਸਾਲ ਵੀ ਚੱਲ ਜਾਂਦੇ ਨੇ ਆਹ ਵਾਲੇ ਕੱਪੜੇ ਤਾਂ ਜਾਂਦੇ ਹੀ ਨਹੀਂਗੇ ਕਿਤੇ ਬਹੁਤ ਲੇਟ ਇਹਦਾ ਕਸ ਦਾ ਕੱਪੜਾ ਤੇ ਜਿਹੜੇ ਆਹ ਵਾਲੇ ਹੁੰਦੇ ਨੇ ਇਹ ਵਾਲੇ ਛੇਤੀ 6 ਮਹੀਨੇ ਜੇ ਲ ਰੈਗੂਲਰ ਪਾਈਏ ਫਿਰ ਪਾ ਛੇ ਮਹੀਨੇ ਚਲੇ ਜਾਂਦਾ ਵਾ ਇਹ ਤੇ ਕਈਆਂ ਨੂੰ ਹੁੰਦਾ ਵਾ ਵੀ ਨਹੀਂ ਚਾਹੀ ਘੱਟ ਚੱਲੇ ਵੀ ਤੁਹਾਨੂੰ ਪਤਲਾ ਕੱਪੜਾ ਚਾਹੀਦਾ ਪਤਲੇ ਵੀ ਹੈਗੇ ਨੇ ਤੇ ਆਹ ਵਾਲੇ ਵਧੀਆ ਕੱਪੜੇ ਜਿਹੜੇ ਡੇਢ 2-2 ਸਾਲ ਕਿਤੇ ਨਹੀਂ ਜਾਂਦੇ ਹੈਗੇ ਇਹ ਇਹ ਕੱਪੜਾ ਵੀ ਹੈਗਾ ਵਾ ਆ ਦੇਖੋ ਤੇ ਇਹ ਕੱਪੜੇ ਤੇ ਵੀ ਮੈਂ ਸਿਉਣੀ ਆ ਸਾਰੇ ਹਰ ਕਿਸ ਪ੍ਰਕਾਰ ਦੇ ਹੁੰਦੇ ਨੇ ਮੇਰੇ ਕੋਲ ਕਜਹਰੇ ਤੇ ਹਾਂਜੀ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੋਈ ਤੁਹਾਡੀ رائے ਹੋਵੇ ਤਾਂ ਮੈਨੂੰ ਜਰੂਰ ਦੱਸਿਓ ਤੇ ਮੇਰੀਆਂ ਦੀਦੀਆਂ ਜਿਹੜੀਆਂ ਮੈਨੂੰ ਇੰਨਾ ਯਾਦ ਕਰਦੀਆਂ ਨੇ ਇੰਨਾ ਪਿਆਰ ਕਰਦੀਆਂ ਬਹੁਤ ਬਹੁਤ ਜ਼ਿਆਦਾ ਹੀ ਉਹਨਾਂ ਦਾ ਧੰਨਵਾਦ ਤੇ ਹਾਂਜੀ ਧੰਨਵਾਦ ਜੀ